ਅਸਲਾਂ ਰਾਜ ਤੁਸਾਂ ਭਰਾ ਤੁਸਾਂ ਦੋਸਤ ਚੌਧਰੀ ਮੁਦੱਸਰ ਤੁਸਾਂ ਦੀ ਖਿਦਮਤ ਇੱਕ ਦਫ਼ਾ ਫਿਰ ਹਾਜ਼ਰ ਹੈ। ਵਲੋਗ ਸ਼ੁਰੂ ਕਰਨ ਤੋਂ ਪਹਿਲੇ ਉਹੀ ਦੁਆ ਕਿ ਅੱਲਾਹ ਤਾਲਾ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਆਪਣੇ ਇਜ਼ ਇਮਾਨ 'ਚ ਰੱਖਿਆ ਤਾਂ ਸ਼ੈਤਾਨ ਨੇ ਸ਼ਰ ਤੋਂ ਬਚਾਇਆ। ਇਹ ਦੁਆ ਤੁਸਾਂ ਮਾੜੀ ਤਾਂ ਮਾੜੀ ਫੈਮਿਲੀ 'ਚ ਜ਼ਰੂਰ ਕਰੀ ਜਿਹੜੇ ਕਿ ਅੱਲਾਹ ਤਾਲਾ ਮੈਨੂੰ ਅਤੇ ਮੇਰੀ ਫੈਮਿਲੀ ਕਿ ਆਪਣੇ ਇਜ਼ ਇਮਾਨ 'ਚ ਰੱਖਿਆ ਤਾਂ ਸ਼ੈਤਾਨ ਨੇ ਸ਼ਰ ਤੋਂ ਬਚਾਇਆ। ਅੱਜ ਨਹੀਂ ਵੀਡੀਓ ਇਸ ਤਰ੍ਹਾਂ ਹੋਣੀ ਵਾਲੀ ਹੈ ਜਿਸਾਂ ਕੱਲ੍ਹ ਤੁਹਾਨੂੰ ਵੀਡੀਓ ਤੱਕ ਹੀ ਹੈ ਕਿ ਮੁਸੀ ਬਾਇਆ ਸੀ ਗੱਡੀ ਨਾਲ ਗੱਡੀ ਲਈ ਹੈ, ਉਹ ਗੱਡੀ ਹੁਣ ਬੇਸਿਕਲੀ ਉਸਨੇ ਅੱਜ ਪੇਮੈਂਟ ਕਰਨੀ ਸੀ ਅਤੇ ਕਿਉਂ ਗੱਡੀ ਅੱਜ ਅਸੀਂ ਰਿਸੀਵ ਹੋ ਸੀ, ਕੰਪਾਊਂਡ ਪਾਲਿਸ਼ ਹੋਈ ਗਈ ਹੈ, ਫੁੱਲੀ ਵੈਲਿਡ ਅਸਾਂ ਚਾਹੀਦੀ ਹੈ, ਕੰਪਾਊਂਡ ਪਾਲਿਸ਼ ਹੋਈ ਗਈ ਹੈ, ਫੁੱਲੀ ਵੈਲਿਡ ਅਸਾਂ ਚਾਹੀਦੀ ਹੈ। ਇਹ ਗੱਡੀ ਵੀ ਬੇਸਿਕਲੀ ਇੱਕ ਪ੍ਰੋਜੈਕਟ ਹੀ ਕਰੀ ਦੀ ਆ, ਪ੍ਰੋਜੈਕਟ ਕਹਿ ਕੇ ਇਸਕੀ ਅਪਲਿਫਟ ਵੀ ਕਰਾਸਾਂ ਇਨਸ਼ਾਅੱਲਾ, ਇਸ ਨਾਲ ਬਾਅਦ ਜਾ ਸਾਂ ਅਗਲੇ ਇੱਕ ਦੋ ਦਿਨਾਂ 'ਚ। ਅੱਜ ਗੱਡੀ ਅੱਲਾ ਕਰਾ ਰਿਸੀਵ ਹੋਇਆ ਅਤੇ ਕੱਲ੍ਹ ਜੁੰਮਾ ਅੱਜ ਹੈ, ਅੱਜ ਜੁੰਮਾ ਇਨਸ਼ਾਅੱਲਾ ਸੈਟਰਡੇ ਜਾਂ ਸੰਡੇ ਜਾ ਸਾਂ ਤਾਂ ਇਸ ਗੱਡੀ ਕੀ ਅਪਲਿਫਟ ਕਰਾ ਸਾਂ। ਇਹ ਪੇਮੈਂਟਾਂ ਪਈਆਂ ਠੀਕ ਹੈ ਨਾ, ਇਹ ਤਕਰੀਬਨ 5 ਲੱਖ ਉਹਨਾਂ ਕੀ ਡਿਪੋਜ਼ਿਟ ਦਿੱਤਾ ਸੀ, ਬਾਕੀ ਇਹ ਪੇਮੈਂਟ ਬੈਂਕ 'ਚ ਕਢਾਈ ਹੈ ਠੀਕ ਹੈ ਨਾ। ਪਾਕਿਸਤਾਨ 'ਚ ਇਹ ਤਾਂ ਵੈਸੇ ਹੈ ਨਾ, ਇਹ ਤਾਂ ਰੋਲੇ ਹੈ ਨਾ ਵੈਸੇ ਠੀਕ ਹੈ। ਇਹ ਪੇਮੈਂਟਾਂ ਹੋ ਗਈਆਂ ਅੱਜ, ਬਸ ਹੁਣ ਪੇਮੈਂਟ ਕਰਨ ਜੁਲੇ ਹਾਂ ਠੀਕ ਹੈ। ਇਹ ਸਾਰੀ ਪੇਮੈਂਟਾਂ ਹੁਣ ਕਰਨ ਜੁਲੇ ਹਾਂ ਅਤੇ ਇਨਸ਼ਾਅੱਲਾ ਕਹਿਣਾ ਮੈਂ ਇਹ ਗੱਡੀ ਵੀ ਆਪਣੇ ਨਾਮ ਕਰਾ ਸਕਦਾ, ਇਨਸ਼ਾਅੱਲਾ ਕਹਿਣਾ ਮੈਂ ਐਸਟ ਬੰਨੇ ਪੈਣਾ। ਸੋ ਹੁਣ ਦੋਸਤਾਂ ਨਾਲ ਵੇਟ ਕਰਨੇ ਪਿਆ ਉਸ ਸ਼ਰੂਮੇ ਨੇ ਬਾਹਰ ਠੀਕ ਹੈ ਨਾ। ਉਹ ਗੱਡੀ ਵੀ ਖਲਤੀ, ਉਹ ਤੱਕ ਅੱਛੇ ਹਿਸਾਬ ਨਾਲ ਪੋਸਟਰ ਲੱਗੇ ਆ, ਅੱਛੇ ਹਿਸਾਬ ਨਾਲ ਪੋਸਟਰ ਲੱਗੇ ਆ, ਇਸ ਗੱਡੀ ਪਰ ਪੋਸਟਰ ਲੱਗੇ ਆ ਠੀਕ ਹੈ। ਹੁਣ ਜੁਲੇ ਹਾਂ ਠੀਕ ਹੈ, ਅੱਗੇ ਪੇਮੈਂਟ ਕਰਨੀ ਆ, ਪੇਮੈਂਟ ਕਰੀ ਗਿਆ ਅਗਰ ਗੱਡੀ ਦੀਆਂ ਕੰਪਾਊਂਡ ਪਾਲਿਸ਼ ਚੁੱਕ ਕੇ ਮੈਂ ਪੂਰਾ ਇਸ ਗੱਡੀ ਦੀਆਂ ਲਾਈਟਾਂ ਖੁਲਾਈ ਕੇ ਅਸੀਂ ਕੰਪਾਊਂਡ ਪਾਲਿਸ਼ ਪ੍ਰੋਪਰ ਕਰਵਾਉਣਾ ਪਿਆ, ਸਾਰੀ ਮਸਲ ਗੱਡੀ ਕੀ ਇੱਕ ਸ਼ਹਿਜ਼ਾਦੀ ਬਣਾਉਣਾ ਪਿਆ ਠੀਕ ਹੈ ਨਾ। ਸੋ ਅਗਰ ਗੱਡੀ ਨਹੀਂ ਹਾਲ ਤੱਕਣੇ ਵਾਲੀ ਹੋਈ ਤਾਂ ਦੱਸਾਂ ਨਹੀਂ, ਜਿਹੜਾ ਗੱਡੀ ਤਿਆਰ ਹੋਏਗੀ ਉਹ ਲੈ ਇਸ ਵੀਡੀਓ 'ਚ ਕਰਸਾਂ, ਦੱਸਾਂ ਇਸੇ ਵੀਡੀਓ 'ਚ ਹੀ। ਪਰ ਹੁਣ ਇਹ ਵੀਡੀਓ ਇੰਨੀ ਅੱਜ ਨਹੀਂ ਪਤਾ ਕਿ ਅੱਜ ਇਹ ਖਤਮ ਹੋ ਸੀ ਜਾਂ ਕੱਲ੍ਹ ਇਹ ਖਤਮ ਹੋ ਸੀ, ਪਰ ਇਨਸ਼ਾਅੱਲਾ ਕਹਿੰਦਾ ਮੈਂ ਜਦੋਂ ਵੀ ਇਹ ਗੱਡੀ ਤਿਆਰ ਹੋਈ ਉਦੋਂ ਇਹ ਵੀਡੀਓ ਖਤਮ ਹੋ ਸੀ। ਅਤੇ ਸਾਰੇ ਭੈਣ ਭਰਾਵਾਂ ਨਾਲ ਗੁਜ਼ਾਰਿਸ਼ ਹੈ ਕਿ ਕਮੈਂਟ ਸੈਕਸ਼ਨ ਮਾਸ਼ਾਅੱਲਾ ਲਿਖੀ ਜੋੜੇ ਠੀਕ ਹੈ ਨਾ, ਕਿ ਅੱਲਾ ਨਜ਼ਰ ਵਕਤ ਤੋਂ ਪਹੁੰਚਿਆ। ਅਤੇ ਇਨਸ਼ਾਅੱਲਾ ਜੁਲਨੇ ਹਾਂ, ਪੇਮੈਂਟ ਕਰਨੇ ਹਾਂ, ਇਸਲਾਮ ਨਾਲ ਵੇਟ ਕਰਨੇ ਪਿਆ ਮੈਂ ਦੋਸਤਾਂ ਨਾਲ ਪੇਮੈਂਟ ਕਰਨੇ ਹਾਂ, ਪੇਮੈਂਟ ਕਰੀ ਗਿਆ ਤਾਂ ਅਗਲੀ ਕਹਾਣੀ ਫਿਰ ਤੁਸੀਂ ਕੀ ਇਨਸ਼ਾਅੱਲਾ ਸਾਲਨੇ ਹਾਂ। ਅੱਛਾ ਜੀ, ਆਹ ਗੱਡੀ ਹੈ, ਸਾਰੀ ਗੱਡੀ ਖੁੱਲ੍ਹੀ ਵੀ ਹੈ ਠੀਕ ਹੈ ਨਾ, ਸਾਰੀ ਗੱਡੀ ਵੈਲਿਟ ਹੋ ਰਹੀ ਹੈ। ਸਰ ਜੀ ਕੀ ਹਾਲ ਹੈ, ਇਹ ਦੇਖੋ ਸਾਰੀ ਗੱਡੀ ਡਿਸਮੈਂਟਲ ਕਰੀ ਗਿਆ, ਇੰਨੀ ਫੁੱਲੀ ਵੈਲਿਟ ਹੋ ਰਹੀ ਹੈ, ਗੱਤੇ ਗੱਤੇ ਇੰਜਨ ਸ਼ਿੰਜਨ ਲਾਈਟਾਂ ਖੋਲ ਗਏ ਸਾਰਾ ਖੁੱਜਣਾ। ਇਹ ਹੁਣ ਬਿਫੋਰ ਲੁੱਕ, ਇਨਸ਼ਾਅੱਲਾ ਆਫਟਰ ਲੁੱਕ ਵੀ ਇਸਨੇ ਸਾਲਨੇ ਆ। ਇਹ ਫਿਟਿੰਗ ਸ਼ੁਰੂ ਹੋਏਗੀ ਹੈ ਅਤੇ ਹੁਣ ਰਬੜਾਂ ਹੀ ਰਬੜਾਂ ਲਾਉਣੇ ਪੈਣ, ਬਾਕੀ ਲਾਈਟਾਂ ਦਾ ਕਹਿਣਾ ਮੈਂ ਲਾਸੀ ਡੈਂਟ। ਇਹ ਹੁਣ ਆਪਣੀ ਨਾ ਸਫਾਈ ਵਾਈ ਮੁਕਾਈ ਹੈ, ਮਾਸ਼ਾਅੱਲਾ ਗੱਡੀ ਨਾ ਹੁਣ ਰੂਪ ਰੰਗ ਨਿਕਲਿਆ ਵੈ। ਬਾਕੀ ਚਲੋ ਹੁਣ ਜੁਲਨੇ ਹਾਂ ਅਤੇ ਇਹਨਾਂ ਬਸ ਇਹਨਾਂ ਨਾਲ ਅੱਧਾ ਘੰਟਾ ਰਹਿ ਗਿਆ, ਇਸ ਤੋਂ ਬਾਅਦ ਅਸੀਂ ਲਾਈਟਾਂ ਜਿਹੜਾ ਫਿੱਟ ਕਰਾਉਣੀਆਂ ਨੇ, ਹੋਰ ਇੱਕ ਦੋ ਕੰਮ ਸ਼ੀਸ਼ੇ ਬਲੈਕ ਕਰਾਉਣੇ ਨੇ ਉਹ ਕਰਾਈ ਕੇ ਤਾਂ ਇਨਸ਼ਾਅੱਲਾ ਚਾਹੀ ਸਾਹਿਬ ਇੱਥੇ ਹੀ ਬੈਠੇ। ਦੇਖੋ ਜੀ ਕਿਸ ਤਰ੍ਹਾਂ ਗੱਡੀ ਕਿਹੜੇ ਹਾਲਤਾਂ ਹੀ ਲੈ ਕੇ ਡਿੰਟਰੇ ਕੋਲ ਜਾ ਰਹੇ ਹਾਂ। ਇਹ ਆਉਣਾ ਪਾਕਿਸਤਾਨ, ਇੰਗਲੈਂਡ ਇਸ ਤਰ੍ਹਾਂ ਕਰ ਸਕਦੇ ਹੋ, ਐਪ ਰੱਖ ਲਿਓ ਟਾਇਰਾਂ ਪਰ ਬਹਿ ਕੇ ਜਾ ਰਹੇ ਹਾਂ ਠੀਕ ਹੈ ਨਾ। ਗੱਡੀਆਂ ਐਵੇਂ ਤਾਂ ਨਹੀਂ ਨਾ ਬਣਨੀਆਂ, ਪ੍ਰੋਜੈਕਟ ਐਵੇਂ ਤਾਂ ਨਹੀਂ ਨਾ ਬਣਨੇ। ਹੁਣ ਇਹ ਡਿੰਟਰੇ ਕੋਲ ਜਾ ਰਹੇ ਹਾਂ,
ਠੀਕ ਹੈ ਨਾ, ਤੇ ਕੈਮਰਾ ਬੰਦ ਕਰਨਾ, ਇਹ ਨਾ ਮੈਂ ਗੱਡੀ ਚੱਲਿਆ ਹੀ ਨਾ, ਠੀਕ ਹੈ ਚਲੋ ਜੀ ਇੱਥੋਂ ਅੰਦਰ ਚੁੱਲ੍ਹੇ ਹਾਂ, ਹੁਣ ਵੀ ਨਹੀਂ ਪਤਾ ਕੀ ਹੈ ਜੀ ਫਿਲਮ ਬਣੀ ਦੀ ਹੈ, ਠੀਕ ਹੈ ਨਾ, ਹੁਣ ਅਗਰ ਨਹੀਂ ਸਹੀ ਬਣੀ ਦੀ ਤਾਂ ਮਾਜ਼ਰਤ, ਕਿਉਂਕਿ ਹਾਰਡ ਹੈ ਜੀ ਇਸ ਤਰ੍ਹਾਂ ਗੱਡੀ ਚਲਾਉਣਾ। ਚਲੋ ਗੱਡੀ ਖਿਲਾੜੇ ਆ ਤਾਂ ਬਾਕੀ ਅਗਲੀ ਕਹਾਣੀ ਕਰਨੇ ਆ। ਅੱਛਾ ਜੀ, ਹੁਣ ਗੱਡੀ ਨਹੀਂ ਫਿਟਿੰਗ ਸ਼ੁਰੂ ਹੋਈ ਵੀ ਹੈ, ਠੀਕ ਹੈ ਨਾ, ਹੁਣ ਇਹ ਬੰਪਰ ਹੈ, ਉਹ ਪਲੇਟਾਂ ਪਈਆਂ, ਠੀਕ ਹੈ, ਇਹ ਬੰਪਰ ਅਜੇ ਅੱਜ ਕੰਮ ਪੂਰਾ ਮੁੱਕਿਆ ਨਹੀਂ ਹੈ, ਅਜੇ ਬੜਾ ਕੰਮ ਰਹਿਣਾ, ਇਹ ਸ਼ੇਡ ਲਵਾਈ ਦੇ ਹਾਂ, ਠੀਕ ਹੈ ਨਾ, ਇਹ ਸ਼ੇਡ ਲਵਾਈ ਦੇ ਹਾਂ, ਇਹ ਤੱਕੋ ਟਿੰਟ ਕਰਾਏ, ਠੀਕ ਹੈ ਨਾ, ਅਤੇ ਸੀਟ ਪੋਸ਼ਿੰਗ ਕਰਾਈ ਹੈ, ਠੀਕ ਹੈ ਨਾ। ਇਹ ਉਸਤਾਦ ਜੀ ਕੰਨ ਕੋਣੇ ਕੀਤੇ ਇਸਨੇ, ਕੰਨ ਕੋਣੇ ਨੇ ਕਿਤੇ ਛੋੜ ਗਏ, ਹੁਣ ਬੈਕ ਕਹਿ ਨਾ ਮੈਂ ਹੋ ਗਿਆ, ਠੀਕ ਹੈ ਨਾ, ਇਹ ਹੁਣ ਪਿੱਛੋਂ ਇਹ ਲੁੱਕ ਆਈ ਹੈ, ਇਹ ਅਜੇ ਪੁਰਾਣੀ ਲੁੱਕ ਹੈ, ਅਜੇ ਫੇਸ ਲਿਫਟ ਸੀ, ਇਹ ਪੁਰਾਣੀ ਲੁੱਕ ਹੈ, ਅਜੇ ਤਾਂ ਦੋ ਚਾਰ ਦਿਹਾੜੇ ਨਾਲ ਟਾਈਮ ਦਿਓ ਤਾਂ ਇਨਸ਼ਾ ਅੱਲਾ, ਠੀਕ ਹੈ ਨਾ, ਐਂ ਅੰਦਰੋਂ ਠੀਕ ਹੈ, ਅਜੇ ਮੈਟ ਸ਼ੈਟ ਜੇ ਵੋ ਹੋਸਨ, ਉਸ ਤੋਂ ਬਾਅਦ ਗੇਅਰ ਲੀਵਰ ਨਾਲ ਐਂਡ ਲਵਾਉਣਗਾ, ਠੀਕ ਹੈ, ਐਗ ਅੰਦਰੋਂ ਗੱਡੀ ਪੂਰੀ, ਠੀਕ ਹੈ, ਇਹ ਲਾਈਟਾਂ ਫਿੱਟ ਹੋ ਰਹੀਆਂ, ਇਹ ਬੰਪਰ ਹੋ ਰਿਹਾ, ਹਾਂਜੀ ਕੀ ਹਾਲ ਹੈ, ਠੀਕ ਅਲੀ ਸਾਹਿਬ ਅਤੇ ਠੀਕ ਹੈ, ਹੋਰ ਕਿਆ ਕਰੀ ਰਹੇ ਹੋ, ਉਸਤਾਦ ਛੁੱਟੀ ਕਰ ਗਿਆ, ਇਸ ਕਿਤੇ ਮੈਂ ਜਾਣ ਦੇਣਾ ਜਦੋਂ ਕੰਮ ਨਹੀਂ ਮੁਕਾਉਣਾ, ਕਹਿ ਅੱਜ ਫਿੱਟ ਕਰੇ ਨਾ ਕਿ ਢਵੇ ਨਾ, ਦਸ ਵਜੇ ਹਫ਼ਤੇ ਨਾ ਇਨਸ਼ਾਅੱਲਾ ਰੋਟੀ ਵੀ ਇਹਨਾਂ ਕੋਲ ਖਾਸਾ, ਨਾਸ਼ਤਾ ਵੀ ਇਹਨਾਂ ਕੋਲ, ਰਾਤਾਂ ਦੀ ਰੋਟੀ ਵੀ ਤੁਸਾਂ ਕੋਲ, ਹਾਂ ਫਿਕਰ ਹੀ ਨਾ ਕਰੋ, ਫਿਕਰ ਹੀ ਨਾ ਕਰੋ, ਇਹ ਦੇਖੋ ਜੀ ਇੱਕ ਮਿੰਟ ਸੈਕਿੰਡ ਜੀ ਬਾਏ, ਕੈਸੀ ਗੱਡੀ ਲੱਗ ਰਹੀ ਆ ਹੁਣ, ਅਜੇ ਹਨੇਰਾ ਵੈ, ਹਨੇਰਾ ਵੈ, ਹਨੇਰੇ 'ਚ ਕੋਈ ਸਮਝ ਨਹੀਂ ਤੁਹਾਨੂੰ ਲੱਗਣੀ, ਅਜੇ ਇਹਨੇ ਸਾਈਡ ਕਵਰ ਲਕਸਨ, ਠੀਕ ਹੈ ਨਾ, ਅਤੇ ਆਈ ਹੋਪ ਆਉਣੇ ਹੋ ਸਕੇ, ਚੌਧਰੀ ਹੋਰ ਪ੍ਰੋਜੈਕਟ ਹੀ ਸ਼ੁਰੂ ਕੀਤੇ ਉਹਨੇ, ਇਹ ਲਾਈਟਾਂ ਇਹ ਮੈਂ ਤੁਸੀਂ ਹੁਣ ਦੱਸਣਾ ਵਾ ਫਿੱਟ ਕਰਨ ਤੋਂ ਬਾਅਦ, ਐਂਡ ਪਰ ਇਹ ਗੱਡੀ ਨਹੀਂ ਲੁੱਕ ਅਜੇ ਹਾਫ ਨਿਕਲੀ ਹੈ, ਠੀਕ ਹੈ ਨਾ, ਇਸ ਬੰਦੇ ਦੀ ਵਜ੍ਹਾ ਤੋਂ ਇਹ ਗੱਡੀ ਲੱਭੀ ਹੈ, ਸਲਾਮ ਸਰ, ਕਹਿ ਲੈਣਾ ਠੀਕ ਹੋ, ਸਰ ਇਹੀ ਸਦਰ, ਇਹ ਆਜ਼ਾਦ ਕਸ਼ਮੀਰ ਪੂਰੇ ਨੇ ਸਦਰ ਤੁਹਾਡੇ ਨੇ ਗੱਲ ਕਰਨੇ, ਪਨਵੇਲ ਥੈਂਕ ਯੂ ਵੈਰੀ ਮਚ ਸਰ, ਬਹੁਤ ਖੁਸ਼ੀ ਹੋਈ ਜਨਾਬ, ਨਾ ਨਾ ਬੜੀ ਸ਼ੁਕਰੀਆ, ਬੜੀ ਮਿਹਰਬਾਨੀ, ਤੇ ਜਨਾਬ ਨੀ ਦੁਕਾਨ ਕਿੱਥੇ ਪੈ, ਨਾਂਗੀ ਅੱਡਾ ਅਜ਼ੀਜ਼ ਮਾਰਕੀਟ, ਕਿਆ ਨਾਮ ਹੈ ਦੁਕਾਨ ਹੈ ਨਾ, ਸ਼ਾਮ ਆਟੋ ਜੀ, ਇਹ ਜੀ ਹੁਣ ਫਾਈਨਲ ਗੱਡੀ ਨਹੀਂ, ਅਜੇ ਹਾਫ ਲੁੱਕ ਹੈ, ਹਾਫ ਇਸ ਤੋਂ ਬਾਅਦ ਹੈ, ਠੀਕ ਹੈ, ਇਹ ਦੇਖੋ ਅਜੇ ਟਾਇਰ ਰੱਖੇ, ਅਜੇ ਇਹ ਸਿਸਟਮ ਹੈ, ਇਹ ਬਾਹਰੋਂ ਇਹ ਬੈਕ ਲਾਈਟਰ, ਠੀਕ ਹੈ ਨਾ, ਹੁਣ ਚੁੱਲ੍ਹੇ ਹਾਂ ਫਟਾਫਟ, ਪਹਿਲੇ ਘਰ ਮਹਿਮਾਨ ਆਏ ਪੈਣ, ਠੀਕਣੇ ਪੈਣ, ਘਰ ਚੁੱਲ੍ਹੇ ਹਾਂ, ਤਾਂ ਬਾਕੀ ਜਿਹੜੀ ਸਟੋਰੀ ਹੈ ਨਾ ਉਸ ਘਰ ਜਾ ਕੇ ਬਾਕੀ ਤਫਸੀਲ ਪਾਉਣੇ ਆ, ਇਹ ਜੇ ਨਿੱਕੇ ਨਿੱਕੇ ਕੰਮ ਰਹਿਣੇ ਨਾ,
ਇਨਸ਼ਾਅੱਲਾ ਬਾ ਫਜ਼ਲੇ ਖੁਦਾ ਕੱਲ ਉਸ ਦਿਨ ਠੀਕ ਹੈ ਨਾ ਐਸਨੇ ਬਾਰੇ ਬਾਈ ਕੈਸਾ ਲੱਗਿਆ ਠੀਕ ਹੈ ਗੁੱਡ ਮਾਰਨਿੰਗ ਤੁਸੀਂ ਵੀ ਆਖਸੋ ਕਿ ਚੋਈ ਸਾਹਿਬ ਰਾਤੀ ਸਨ ਮੈਂ ਹੁਣ ਸੁਬਾਹ ਗੁੱਡ ਮਾਰਨਿੰਗ ਆਖਣ ਫਿਰ ਅਸੀਂ ਰਾਤੀ ਮੈਂ ਤੁਸੀਂ ਬਹਿਆ ਸੀ ਕਿ ਮਹਿਮਾਨ ਆਈ ਕੇ ਸਨ ਅਤੇ ਮਹਿਮਾਨ 6 ਵਜੇ ਤੂੰ ਉਹਨਾਂ ਦਾ ਲੇਟ ਹੋਈ ਗਿਆ ਤਾਂ ਫਿਰ ਥੱਕੇ ਅਸਾਂ ਦਿਹਾੜੀ ਪੂਰੀ ਨਾ ਸ਼ਾਵਰੀ ਦਾ ਸਹੀ ਗਿਆ ਹੁਣ ਆਫਸਾ ਬਾਹਰ ਗੱਡੀਆਂ ਜਿਹੜੀਆਂ ਧੋਣੇ ਪਏ ਚੱਲੇ ਆਫਸਾ ਤੱਕ ਰਿਹਾ ਕਿਆ ਕਰਨੇ ਪਏ ਇਹਨਾਂ ਗੱਡੀਆਂ ਜਿਹੜੀਆਂ ਧੋਣੇ ਪਏ ਦੋਵੇਂ ਗੱਡੀਆਂ ਹਾਂ ਜੀ ਆਫ ਸਾਹਿਬ ਕਿਆ ਹਾਲ ਹੈ ਠੀਕ ਉਸ ਠੀਕ ਹੈ ਇਹ ਗੱਡੀ ਵੀ ਧੋਣੇ ਪਏ ਤੱਕੋ ਜੀ ਰਾਤੀ ਮੈਂ ਡਰਾਈਵਿੰਗ ਕਰੀ ਕਿ ਇੱਥੇ ਇਸਨੀ ਜਗ੍ਹਾ ਕਿਸਾਂ ਬਣਾਈ ਹੈ ਵੇਖੋ ਜੀ ਇਸਨੀ ਜਗ੍ਹਾ ਸਾਂ ਭਰਾ ਡਰਾਈਵਰ ਤਾਂ ਤੱਕ ਬਾਕੀ ਗੱਲਾਂ ਛੇੜ ਸਾਂ ਭਰਾ ਡਰਾਈਵਰ ਤਾਂ ਇਹ ਮੈਂ ਇੱਥੇ ਰਾਤੀ ਆਪੂ ਜਗ੍ਹਾ ਬਣਾਈ ਹੈ ਕਿਉਂਕਿ ਇੱਥੇ ਵੈਸੇ ਖੱਲੀ ਜਾਣੀਆਂ ਸਨ ਇਸਕੀ ਥੋੜ੍ਹੀ ਉੱਧਰ ਨਾ ਲਾਉਣ ਇਸਕੀ ਥੋੜ੍ਹੀ ਨਾ ਲਾਉਣ ਦੋਵੇਂ ਇਕੱਠੀਆਂ ਖੱਲੀ ਜਾਣੀਆਂ ਸਨ ਉਹ ਵੀ ਬਲਕਿ ਹੁਣ ਟਰਾਈ ਕਰਨੇ ਆ ਠੀਕ ਹੈ ਨਾ ਅਤੇ ਮੈਂ ਆਖਿਆ ਕਿ ਇਸ ਕਿ ਇੱਥੇ ਖਿਲਾਇਆ ਜਾ ਅਤੇ ਦੋਵਾਂ ਨਹੀਂ ਟਰਾਈ ਕਰ ਸਕਾਂ ਦੋਵੇਂ ਵੀ ਖੱਲੀ ਗਈਆਂ ਤਾਂ ਠੀਕ ਹੈ ਨਾ ਖੱਲੀਆਂ ਤਾਂ ਨਾ ਸਹੀ ਸਾਨੂੰ ਕਿ ਥੋੜ੍ਹੀ ਆਪ ਜੀ ਤੁਸੀਂ ਕੰਮ ਖਰਾਬ ਕਰਨਾ ਪਿਆ ਅਤੇ ਹੁਣ ਨਾਸ਼ਤਾ ਸ਼ਾਸ਼ਤਾ ਬਣਨਾ ਪਿਆ ਨਾਸ਼ਤਾ ਕਰਨੇ ਆ ਅੰਮਾ ਔਰ ਨਾਸ਼ਤਾ ਬਣਾਉਣੇ ਪੈਣ ਠੀਕ ਹੈ ਇਹ ਨਾਸ਼ਤਾ ਅਸੀਂ ਸਾਲਨੇ ਆ ਇਹ ਜੀ ਨਾਸ਼ਤਾ ਬਣੀ ਰਿਹਾ ਇਹ ਤਾਂ ਚਾਹ ਵਿੱਚ ਪੀਣਾ ਘੁਲਾਉਣਾ ਪਰ ਚਲੋ ਬਣਾਈ ਜਿਹੜਾ ਹੋਰ ਜੀ ਅੰਮਾ ਠੀਕ ਹੋ ਅਸੀਂ ਠੀਕ ਹੈ ਬੋਲਣੇ ਮੈਨੂੰ ਨਾ ਬੋਲੇ ਉਹ ਕੱਲ੍ਹ ਲੋਕ ਕਮੈਂਟ ਕਰਨੇ ਸਨ ਲੋਕੀ ਪਤਾ ਲੱਗਿਆ ਤੁਸੀਂ ਆਏ ਵੀ ਹੋ ਲੋਕ ਕਮੈਂਟ ਕਰਨੇ ਸਨ ਕਿ ਅੰਮਾ ਆ ਰਹੀ ਆ ਕੇ ਗਏ ਸਾਰੇ ਸਾ ਦੁਆ ਕਰੀ ਅੰਮਾ ਆ ਰਹੀ ਆ ਕੇ ਸਾਰੇ ਸਾਹਿਬ ਮੈਂ ਕਿਹਾ ਜੀ ਅੰਮਾ ਕਦੀ ਮਾਸੇ ਦੁਆ ਕਰੀ ਤੁਹਾਨੂੰ ਸਾਰੇ ਅੰਮਾ ਬੋਲਦੇ ਵੀ ਨਹੀਂ ਪੁੱਤਰੋ ਹੁਣ ਅੰਮਾ ਆਣੇ ਮੈਂ ਉਹ ਵੀਡੀਓ 'ਚ ਬੋਲੀ ਕੇ ਵੀ ਨੱਚੀ ਚਲੋ ਕਿਉਂਕਿ ਅੰਮਾ ਥੋੜ੍ਹੇ ਜ਼ਰਾ ਇਸਲਾਮੀ ਜ਼ਿਆਦਾ ਅਤੇ ਹੁਣ ਇਹ ਮਾੜਾ ਸ਼ਹਿਜ਼ਾਦਾ ਖਲਤੇ ਆ ਤੱਕੋ ਜੀ ਹੁਣ 86 ਚੱਲ ਗਏ ਕਾਲਜ ਕਿਵੇਂ ਚਲਾਇਆ ਹੁਣ 86 ਚੱਲ ਗਿਆ ਅਤੇ ਹੁਣ ਲਾਉਣੇ ਆ ਟੀ ਵੀ ਸੀ ਵੀ ਅਤੇ ਕੋਈ ਨਿਊਜ਼ਾਂ ਨਿਊਜ਼ਾਂ ਤੱਕਣੇ ਆ ਇੱਕ ਹੈ ਪਾਉਣੇ ਨਿਊਜ਼ਾਂ 'ਚ ਠੀਕ ਹੈ ਨਾ ਅਤੇ ਔਖਾ ਜਿਹਾ ਕੰਮ ਲੱਗੇ ਆ ਚਲੋ ਹੁਣ ਇਸ ਵਲੋਗ ਨਾਲ ਅੱਜ ਵਲੋਗ ਹੋਇਆ ਨਿੱਕਾ ਠੀਕ ਹੈ ਨਾ ਹੁਣ ਇਸ ਵਲੋਗ ਨਾਲ ਕਰਨੇ ਆ ਐਂਡ ਐਂਡ ਇਸ ਵਾਸਤੇ ਕਰਨੇ ਆ ਬੇਸਿਕਲੀ ਅੱਜ ਇਸ ਗੱਡੀ ਨਹੀਂ ਮੈਂ ਕੋਈ 2-4 ਘੰਟੇ ਟਰਾਈ ਨਹੀਂ ਸਾਂ ਕਿਉਂਕਿ ਮਾੜੀ ਉਹਨਾਂ ਨੇ ਡੀਲੇ ਹੋਈ ਸੀਗੀ ਅਗਰ ਕਿਸੇ ਕਿਸਮ ਨਾਲ ਗੱਡੀ 'ਚੋਂ ਕੋਈ ਫਾਲਟ ਤੱਕੋ ਅਸਾਂ ਫਿਰ ਠੀਕ ਕਰੀ ਦਿੰਦੇ ਸਾਂ ਸੋ ਅੱਜ 3-4 ਘੰਟੇ ਜ਼ਰਾ ਗੱਡੀ 'ਤੇ ਦਬਾਸਾਂ ਆਪਣੇ ਥੈਬਰ ਕਰਸਾਂ ਕਿ ਮਾੜਾ ਤੁਸੀਂ ਪਤਾ ਨਾ ਕਿ ਪਤਾ ਕੋਈ ਹੋਣਾ ਕਿ ਹੁਣ ਚਲੋ ਜੀ ਲਾਹੌਰ ਚਲੀਏ ਤਾਂ ਚਲੋ ਜੀ ਪਿੰਡੀ ਚਲੀਏ ਚਲੋ ਜੀ ਕਰਾਚੀ ਚਲੀਏ ਤਾਂ ਇਸ ਵਾਰੀ ਗੱਡੀ ਕਰਾਸਾਂ ਪਹਿਲੇ ਆਪਣੇ ਥੈਬਰ ਅਗਰ ਕੰਮ ਫਿੱਟ ਹੋਇਆ ਤਾਂ ਫਿਰ ਇਨਸ਼ਾਅੱਲਾ ਕੱਲ੍ਹ ਕੱਲ੍ਹ ਵੈਸੇ ਇਸ ਕੱਲ੍ਹ ਹੈ ਜੀ 2 ਦਿਨ ਦਾ ਕੰਮ ਹੈ ਵੈਸੇ ਇਸਨੇ ਜੇ ਬਾਡੀ ਵਰਕ ਕਰਨਾ ਤਾਂ ਸਾਰਾ ਕੁਝ ਜੀ ਪਰਾਂਠੇ ਨਾ ਬਣਾ ਅੰਮਾ ਰਾਣੇ ਜੀ ਪਰਾਂਠੇ ਨਾਲ ਵੀਡੀਓ ਬਣਾਈ ਚਲੋ ਚਲੋ ਪਰਾਂਠੇ ਦੀ ਵੀਡੀਓ ਬਣਾਉਣੇ ਆ ਠੀਕ ਹੈ ਨਾ ਅਤੇ ਤੁਸੀਂ ਕੀ ਸਾਲਨੇ ਆ ਪਰਾਂਠਾ 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 ਇਹ ਮਾੜਾ ਪਰਾਂਠਾ ਬਣ ਗਿਆ ਜੀ ਪਰਾਂਠਾ ਬਣ ਗਿਆ ਪਰਾਂਠਾ ਬਣ ਗਿਆ ਅੰਡਾ ਪਰਾਂਠਾ ਚੱਲ ਸੀ ਠੀਕ ਹੈ ਨਾ ਅਤੇ ਹੁਣ ਚੁੱਲ੍ਹੇ ਆ ਅਤੇ ਇਸ ਵੀਡੀਓ ਨਾਲ ਕਰਨਾ ਇੱਕ ਤਾਂ ਇਸੇ ਦੁਆ ਨਾਲ ਕਿ ਅੱਲਾਹ ਤਾਲਾ ਤੁਹਾਨੂੰ ਤੁਹਾਡੀ ਫੈਮਿਲੀ ਕਿ ਆਪਣੇ ਇਸ ਇਮਾਨ 'ਚ ਕਹਿ ਤਾਂ ਸ਼ਾਹ ਨੇ ਸ਼ਰਤ ਉਪਜੇ ਅਤੇ ਇਹ ਦੁਆ ਤੋਂ ਮਾੜੀ ਤਾਂ ਮਾੜੀ ਫੈਮਿਲੀ ਤੋਂ ਜ਼ਰੂਰ ਕਿ ਜੁੜੇ ਕਿ ਅੱਲਾਹ ਤਾਲਾ ਮੰਨੂ ਤਾਂ ਮੇਰੀ ਫੈਮਿਲੀ ਕਿ ਆਪਣੇ ਇਸ ਇਮਾਨ 'ਚ ਕਹਿ ਤਾਂ ਸ਼ਾਹ ਨੇ ਸ਼ਰਤ ਉਪਜੇ ਜ਼ਿੰਦਗੀ ਵਫਾ ਕੀਤੀ ਤਾਂ ਇਨਸ਼ਾਅੱਲਾ ਕਿਸੇ ਹੋਰ ਵੀਡੀਓ ਨਾਲ ਦੁਬਾਰਾ ਦੋਸਤਾਂ ਤਬ ਤੱਕ ਫੀ ਮਾਨਿਲਾ ਖੁਦਾ ਫੀਸ